ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਮੌਸਮ ਦੀ ਗੱਲ ਕਰਦੇ ਹਾਂ ਪੰਜਾਬ ਦੀ, ਅੱਜ ਰਾਤ ਦੀ ਕੀ ਅਪਡੇਟ ਹੈ? 17 ਮਈ ਅੱਜ ਸ਼ਾਮ ਦੇ ਲਗਭਗ 7 ਵਜੇ ਤੋਂ ਬਾਅਦ ਕੱਲ੍ਹ ਸਵੇਰ ਤੱਕ ਪੂਰੀ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਹੈ? ਸੋ ਜਿਵੇਂ ਦਿਨ ਵੇਲੇ ਦੇਖਿਆ, ਸਵੇਰ ਤੋਂ ਦੁਪਹਿਰ ਮੌਸਮ ਠੀਕ ਠਾਕ ਹੈ। ਦੁਪਹਿਰ ਤੋਂ ਬਾਅਦ ਕੁਝ ਟੈਂਪਰੇਚਰ ਵਧਿਆ ਹੋਇਆ ਸੀ, ਜ਼ਿਆਦਾ ਗਰਮੀ ਅਤੇ ਹੁੰਮਸ ਦਾ ਮਾਹੌਲ ਸੀ, ਸੋ ਜਿਹਦੇ ਕਰਕੇ ਥੋੜ੍ਹੀ ਬਹੁਤ ਪਿਛਲੇ ਦਿਨੇ ਥੋੜ੍ਹਾ ਬਹੁਤ ਕੁਝ ਹਿੱਸਿਆਂ ਵਿੱਚ ਹਲਕਾ ਫੁਲਕਾ ਪੂਰਬੀ ਹਵਾ ਦਾ ਰੁੱਖ ਰਿਹਾ ਸੀ। ਨਮੀ ਵਧੀ ਹੈ ਕੁਝ ਖੇਤਰਾਂ ਵਿੱਚ, ਜਿਹਦੇ ਚੱਲਦੇ ਕੁਝ ਗਰਜ ਚਮਕ ਵਾਲੇ ਥੋੜ੍ਹੇ ਬਹੁਤ ਬੱਦਲ ਬਣੇ ਸੀ, ਜਿਨ੍ਹਾਂ ਨੇ ਕੁਝ ਹਿੱਸੇ ਜਿਵੇਂ ਮੋਗੇ ਜ਼ਿਲ੍ਹੇ ਦੇ ਇਲਾਕੇ ਹੋ ਗਏ, ਫਿਰੋਜ਼ਪੁਰ ਦੇ ਫਰੀਦਕੋਟ ਤੋਂ ਲੈ ਕੇ ਬਠਿੰਡਾ ਹੋ ਗਿਆ, ਲੁਧਿਆਣੇ ਦੇ ਕੁਝ ਹਿੱਸੇ, ਬਰਨਾਲੇ ਦੇ ਆਸ ਪਾਸ, ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬੱਦਲਾਂ ਦੀ ਜਿਹੜੀ ਥੋੜ੍ਹੀ ਬਹੁਤ ਹਲਚਲ ਦੇਖਣ ਨੂੰ ਮਿਲੀ। ਹਨੇਰੀ ਵੀ ਆ, ਕੁਝ ਹਵਾਗਾਂ ਵਿੱਚ ਮੀਂਹ ਵੀ ਦੇਖਣ ਨੂੰ ਮਿਲਿਆ ਹੈ, ਤੇਜ਼ ਹਵਾਵਾਂ ਚੱਲੀਆਂ, ਅਤੇ ਟੁੱਟਵੇਂ ਰੂਪ ਵਿੱਚ ਯਾਨੀ ਕਿ ਇਹਨਾਂ 3-4 ਜ਼ਿਲ੍ਹਿਆਂ ਵਿੱਚ ਮੌਸਮੀ ਹਲਚਲ ਦੇਖਣ ਨੂੰ ਮਿਲੀ ਹੈ। ਇਹ ਜਿਹੜੀ ਕਿ ਅਚਾਨਕ ਮੌਸਮੀ ਹਲਚਲ ਹੋਈ ਹੈ, ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਅਜਿਹੀਆਂ ਜਿਹੜੀਆਂ ਅਚਾਨਕ ਮੌਸਮੀ ਗੜਬੜੀਆਂ ਨੇ ਉਹ ਬਿਨਾਂ ਕਿਸੇ ਅਪਡੇਟ ਤੋਂ ਹੁੰਦੀਆਂ, ਜਿਹੜੀਆਂ ਕਿ ਦੁਪਹਿਰ ਤੋਂ ਬਾਅਦ ਆਪਾਂ ਨੂੰ ਸ਼ਾਮ ਦੇ ਆਸ ਪਾਸ ਜ਼ਿਆਦਾਤਰ ਦੇਖਣ ਨੂੰ ਮਿਲਦੀਆਂ ਨੇ, ਜਦੋਂ ਟੈਂਪਰੇਚਰ ਆਪਣੇ ਸਿਖਰਾਂ 'ਤੇ ਪਹੁੰਚ ਜਾਂਦਾ ਹੈ, ਅਤੇ ਉਸ ਤੋਂ ਬਾਅਦ ਨਮੀ ਕਿਸੇ ਖੇਤਰ ਵਿੱਚ ਥੋੜ੍ਹੀ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਉਸ ਇਲਾਕੇ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਬਣ ਜਾਂਦੇ ਨੇ। ਸੋ ਅਜਿਹੀ ਹਲਚਲ ਦੇਖਣ ਨੂੰ ਮਿਲੀ ਹੈ ਇਹਨਾਂ ਜ਼ਿਲ੍ਹਿਆਂ ਵਿੱਚ। ਹੁਣ ਸ਼ਾਮ ਦੀ ਗੱਲ ਕਰੀਏ ਤਾਂ 7-8 ਵਜੇ ਤੋਂ ਲੈ ਕੇ ਅਗਲੇ 3-4 ਘੰਟਿਆਂ ਤੱਕ ਬੱਦਲਵਾਈ ਪੰਜਾਬ ਦੇ ਦੱਖਣ ਪੂਰਬੀ ਹਿੱਸਿਆਂ ਵਿੱਚ ਰਹੇਗੀ, ਜਿਹਦੇ ਵਿੱਚ ਸੰਗਰੂਰ, ਮਲੇਰਕੋਟਲੇ ਤੋਂ ਲੈ ਕੇ ਲੁਧਿਆਣੇ ਦੇ ਪੂਰਬੀ ਹਿੱਸੇ, ਇਸ ਤੋਂ ਇਲਾਵਾ ਪਟਿਆਲੇ ਦੇ ਆਸ ਪਾਸ ਦੇ ਇਲਾਕੇ, ਫਤਿਹਗੜ੍ਹ ਸਾਹਿਬ ਹੋ ਗਿਆ, ਅਤੇ ਇਸ ਤੋਂ ਇਲਾਵਾ ਹੁਸ਼ਿਆਰਪੁਰ, ਨਵਾਂਸ਼ਹਿਰ, ਗੜਸ਼ੰਕਰ, ਰਾਹੋਂ, ਨੰਗਲ, ਅਨੰਦਪੁਰ ਸਾਹਿਬ ਦੇ ਇਲਾਕੇ, SBS ਨਗਰ ਤੋਂ ਚੰਡੀਗੜ੍ਹ ਮੋਹਾਲੀ ਸਾਈਡ ਦੇ ਜੋ ਭਾਗ ਨੇ, ਇਹਨਾਂ ਭਾਗਾਂ ਵਿੱਚ ਹਲਕੀ ਤੋਂ ਦਰਮਿਆਨੇ ਪੱਧਰ ਦੀ ਬੱਦਲਵਾਈ ਹੈ। ਮੌਸਮ ਥੋੜ੍ਹਾ ਜਿਹਾ ਹੁੰਮਸ ਜੇ ਵਾਲਾ ਰਹੇਗਾ, ਮਤਲਬ ਇੱਕ ਤਰ੍ਹਾਂ ਦਾ ਸ਼ਾਂਤ ਜਿਹਾ ਮੌਸਮ ਰਹੇਗਾ ਕੁਝ ਹਿੱਸਿਆਂ ਵਿੱਚ ਜਿਨ੍ਹਾਂ ਵਿੱਚ ਇਹ ਸਿਸਟਮ ਦਾ ਪ੍ਰਭਾਵ ਘੱਟ ਹੈ, ਅਤੇ ਬਾਕੀ ਜਿੱਥੇ ਬੱਦਲਵਾਈ ਬਣੀ ਹੋਈ ਹੈ ਉਹਨਾਂ ਭਾਗਾਂ ਵਿੱਚ ਤੇਜ਼ ਹਵਾਵਾਂ ਦੇ ਬੁੱਲੇ ਚੱਲ ਸਕਦੇ ਨੇ ਥੋੜ੍ਹੇ ਸਮੇਂ ਦੇ ਲਈ। ਕਹਿਣ ਦਾ ਭਾਵ ਹੈ ਕਿ ਹਨੇਰੀ ਵਰਗੀਆਂ ਹਵਾਵਾਂ ਕੁਝ ਥੋੜ੍ਹੇ ਸਮੇਂ ਲਈ ਵਗਣ ਦੀ ਸੰਭਾਵਨਾ ਇਹਨਾਂ ਭਾਗਾਂ ਵਿੱਚ ਬਣੀ ਹੋਈ ਹੈ। ਥੋੜ੍ਹੀ ਬਹੁਤ ਗਰਜ ਚਮਕ ਨਾਲ ਮੀਂਹ ਦੇ ਹਲਕੇ ਦਰਮਿਆਨੇ ਛਰਾਟੇ ਵੀ ਥੋੜ੍ਹੇ ਸਮੇਂ ਲਈ ਕੁਝ ਭਾਗਾਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਜਿਹੜੇ ਇਲਾਕਿਆਂ ਵਿੱਚ ਬੱਦਲਵਾਈ ਬਣੀ ਹੋਈ ਹੈ। ਉਸ ਤੋਂ ਇਲਾਵਾ ਪੱਛਮੀ ਖੇਤਰ ਹੋ ਗਏ ਜਾਂ ਦੱਖਣ ਪੱਛਮੀ ਇਲਾਕੇ ਹੋ ਗਏ, ਮਾਲਵੇ ਦੇ ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ ਦੇ ਹਿੱਸੇ ਹੋ ਗਏ, ਫਿਰੋਜ਼ਪੁਰ ਹੋ ਗਿਆ, ਬਾਕੀ ਮਾਝੇ ਦਾ ਖੇਤਰ ਹੋ ਗਿਆ ਜਾਂ ਦੁਆਬੇ ਦੇ ਭਾਗ, ਇਹ ਇਲਾਕੇ ਫਿਲਹਾਲ ਠੀਕ ਠਾਕ ਰਹਿਣਗੇ। ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ ਸਾਹਿਬ ਦੇ ਇਲਾਕੇ, ਇਹਨਾਂ ਇਲਾਕਿਆਂ ਵਿੱਚ ਕੋਈ ਮੌਸਮੀ ਸਿਸਟਮ ਦਾ ਪ੍ਰਭਾਵ ਨਹੀਂ ਹੈ। ਬਾਕੀ ਰਾਤ ਦੇ ਸਮੇਂ ਇਹ ਇਲਾਕੇ ਖੁਸ਼ਕ ਰਹਿਣਗੇ। ਜਿਹੜਾ ਪੂਰਬੀ ਹਿੱਸਾ ਹੈ ਪੰਜਾਬ ਦਾ, ਉਹਨਾਂ ਭਾਗਾਂ ਵਿੱਚ ਦੱਖਣ ਪੂਰਬੀ ਹਿੱਸਿਆਂ ਵਿੱਚ ਬੱਦਲਾਂ ਦੀ ਥੋੜ੍ਹੀ ਬਹੁਤ ਹਲਚਲ ਦੇਖਣ ਨੂੰ ਮਿਲ ਸਕਦੀ ਹੈ।